ਅੱਜ ਇੱਕ ਨਵਾਂ ਵਰਡ ਸਿੱਖਦੇ ਹਾਂ ਔਰ ਇਹ ਵਰਡ ਤੁਹਾਡੀ ਲਾਈਫ ਦੇ ਵਿੱਚ ਡੇਲੀ ਬਹੁਤ ਜ਼ਿਆਦਾ ਯੂਜ਼ ਹੁੰਦਾ ਬਿਕੋਜ਼ ਵੀ ਆਫਨ ਵਿਜ਼ਿਟ ਵੀ ਆਫਨ ਗੋ ਟੂ ਰਿਲੀਜੀਅਸ ਪਲੇਸਿਸ ਸੋ ਸਟੂਡੈਂਟ ਇਹਦਾ ਮੀਨਿੰਗ ਕੀ ਬਣੂਗਾ ਆਈ ਪੇ ਓਬੇਸੈਂਸ ਟੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਅਕਸਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਸੋ ਉੱਥੇ ਤੁਸੀਂ ਇਹ ਵਰਡ ਯੂਜ਼ ਕਰ ਸਕਦੇ ਹਾਂ ਨੈਕਸਟ ਹਾਓ ਵੀ ਹੈਵ ਟੂ ਕਨਵਰਟ ਇਹਨੂੰ ਅਸੀਂ ਵਰਬ ਦੇ ਵਿੱਚ ਕਿਵੇਂ ਕਨਵਰਟ ਕਰਨਾ ਪੇਈ ਓਬੇਸੈਂਸ ਨੂੰ ਅਲੱਗ ਅਲੱਗ ਟੈਂਸਿਸ 'ਚ ਕਿਵੇਂ ਯੂਜ਼ ਕਰੋਗੇ ਪ੍ਰੈਜੈਂਟ ਦੇ ਲਈ ਵੀ ਹੈਵ ਟੂ ਸੇ ਟੂ ਪੇਈ ਓਬੇਸੈਂਸ ਪਾਸਟ ਦੇ ਵਿੱਚ ਪੇਡ ਪੇ ਨੇ ਵਰਬ ਦੇ ਸੈਕਿੰਡ 'ਚ ਕਨਵਰਟ ਹੋਣਾ ਪੇਡ ਫਿਊਚਰ ਵਿੱਚ ਵਿਲ ਪੇ ਓਬੇਸੈਂਸ ਸੋ ਆਈ ਓਫਨ ਪੇ ਓਬੇਸੈਂਸ ਟੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸਟ ਵਿੱਚ ਆਈ ਪੇਡ ਓਬੇਸੈਂਸ ਟੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਯੈਸਟਰਡੇ ਫਿਊਚਰ ਆਈ ਵਿਲ ਪੇ ਓਬੇਸੈਂਸ ਟੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੈਨ ਆਈ ਵਿਲ ਵਿਜ਼ਿਟ ਗੋਲਡਨ ਟੈਂਪਲ ਇੱਕ ਹੋਰ ਐਗਜ਼ਾਮਪਲ ਲਿਖੀ ਹੈ ਆਈ ਪਾਸਟ ਦੀ ਆਈ ਪੇਡ ਓਬੇਸੈਂਸ ਐਟ ਦ ਗੋਲਡਨ ਟੈਂਪਲ ਵੈਨ ਆਈ ਵਿਜ਼ਿਟਡ ਦੇਅਰ ਲਾਸਟ ਮੰਥ ਸੋ ਦਿਸ ਵਰਡ ਯੂ ਕੈਨ ਯੂਜ਼ ਇਨ ਯੂਰ ਡੇਲੀ ਲਾਈਫ ਸੋ ਕੀਪ ਪ੍ਰੈਕਟਿਸਿੰਗ ਕੀਪ ਲਰਨਿੰਗ ਡੋਂਟ ਫੋਰਗੈਟ ਟੂ ਫੋਲੋ ਮਾਈ ਫੇਸਬੁੱਕ ਐਂਡ ਇੰਸਟਾਗ੍ਰਾਮ ਪੇਜ ਡਾਊਨਲੋਡ ਮਾਈ ਐਂਡਰੋਇਡ ਐਪ ਫਰੋਮ ਦ ਗੂਗਲ ਪਲੇ ਸਟੋਰ ਥੈਂਕ ਯੂ